ਗੋਹਾਣਾ 'ਚ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਦੋ ਸਕੇ ਭਰਾਵਾਂ ਨੂੰ ਗੋਲੀਆਂ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਹ ਦੋਵੇਂ ਭਰਾ ਬੀਮਾ ਕੰਪਨੀ LIC ਦੇ ਏਜੰਟ ਸਨ ਅਤੇ ਸਮੇਂ ਉਹਨਾਂ ਉੱਤੇ ਹਮਲਾ ਹੋਇਆ ਉਹ ਆਪਣੀ ਨਿੱਜੀ LIC ਦਫ਼ਤਰ ਦੇ ਵਿੱਚ ਬੈਠੇ ਸਨ। ਘਟਨਾ ਤੋਂ ਬਾਅਦ ਫਰਾਰ ਹੋਏ ਦੋਸ਼ੀਆਂ ਦੀ ਭਾਲ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ ਅਤੇ ਜ਼ਖਮੀਆਂ ਨੂੰ ਗੋਹਾਣਾ ਦੇ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਰੋਹਤਕ ਦੇ PGI ਹਸਪਤਾਲ ਰੈਫਰ ਕਰ ਦਿੱਤਾ। ਜਿੰਦਰ ਔਰ ਨਰਿੰਦਰ ਜਿਸਕੀ ਉਮਰ ਤਕਰੀਬਨ 38 ਸਾਲ ਔਰ 35 ਸਾਲ ਦੀ ਲਾਕੂ ਪੁਆਇੰਟ ਰਹਿਣੇ ਵਾਲੇ ਥੇ ਵੋ ਐਮਰਜੈਂਸੀ ਮੇਂ ਆਏ ਥੇ ਜਿਨਕੋ ਮਤਲਬ ਗੋਲੀ ਲੱਗੀ ਹੋਈ ਥੀ। ਡਾਕਟਰ ਔਨ ਡਿਊਟੀ ਨੇ ਜੋ ਥਾ ਅੱਛੀ ਤਰ੍ਹਾਂ ਉਸਕੋ ਦੇਖ ਕੇ ਏਕ ਸੀਰੀਅਸ ਥਾ ਔਰ ਦੂਸਰਾ ਥੋੜ੍ਹਾ ਸਟੇਬਲ ਥਾ ਤੋ ਦੋਨੋਂ ਕੋ ਗੋਲੀ ਕੇ ਮਾਮਲੇ ਉਸ ਸੀਰੀਅਸਨੈਸ ਕੋ ਨੋਟ ਕਰਤੇ ਹੋਏ PGI ਰੋਹਤਕ ਰਹਿ ਗਏ। तो उन्होंने उसी के ऊपर फायरिंग कर दी दो तीन, जैसे वो नरेंद्र वहाँ से उठे एकदम फिर उनके ऊपर फायरिंग करते ही भाग गए। फिर वो इतने भाग गए ना, ये भी भाग गए थे वैसे तो गोली लगने के बाद, फिर वो इतने भाग गए थे। अब उनको भी थोड़ा सा ये हो गया था, भी चक्कर सा आने लगा था। खबरों दी दुनिया में जाओ साडे नाल, कदे भी किते भी जुड़ो। आपा मिलांगे फेसबुक ते, असी दिखांगे यूट्यूब ते, सानू फॉलो करो ट्विटर पे। खबरों नाल जुड़े रहो दिन रात।